ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਟੈਟ ਪ੍ਰੀਖਿਆ ਦੀ ਗੱਲ ਕਰਨ ਜਾ ਰਹੇ ਹਾਂ ਸੀਟੈਟ ਹੋਵੇ ਜਾਂ ਪੀਐਸਟੈਟ ਹੋਵੇ ਜਦੋਂ ਤੁਸੀਂ ਇਸ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੁੰਦੇ ਹੋ ਥਿਊਰੀ ਪੜ੍ਹਨ ਤੋਂ ਬਾਅਦ ਤੁਸੀਂ ਕੁਝ ਕੁਐਸਚਨਾਂ ਦੀ ਪ੍ਰੈਕਟਿਸ ਕਰਦੇ ਹੋ ਐਂਡ ਹੋ ਸਕਦਾ ਤੁਸੀਂ ਵੱਖਰੇ ਵੱਖਰੇ ਐਜੂਕੇਟਰਸ ਨੂੰ YouTube ਚੈਨਲ ਤੇ ਵੇਖਦੇ ਹੋਵੋ ਜਿੱਥੇ ਉਹਨਾਂ ਨੇ ਇੱਕ ਪ੍ਰਸ਼ਨ ਦਾ ਜਵਾਬ ਕੋਈ ਹੋਰ ਦੱਸਿਆ ਹੁੰਦਾ ਤੇ ਦੂਜੇ ਐਜੂਕੇਟਰ ਨੇ ਸੇਮ ਪ੍ਰਸ਼ਨ ਦਾ ਜਵਾਬ ਕੋਈ ਹੋਰ ਦੱਸਿਆ ਹੁੰਦਾ ਹੋ ਸਕਦਾ ਕੁਝ ਇਹੋ ਜਿਹੇ ਐਜੂਕੇਟਰ ਹੋਣ ਜਿਹੜੇ ਕੀ ਆਨਸਰ ਕੀ ਦੇ ਅਕੋਰਡਿੰਗ ਚਲਦੇ ਹੋਣ ਕੁਝ ਆਪ ਦੀ ਥਿੰਕਿੰਗ ਅਕੋਰਡਿੰਗ ਆਪ ਦੇ ਲੌਜੀਕ ਦੇ ਅਕੋਰਡਿੰਗ ਸਹੀ ਆਨਸਰ ਦੱਸਦੇ ਹੋਣ ਸੋ ਕਈ ਵਾਰ ਜਿਹੜੇ ਸਟੂਡੈਂਟ ਹੁੰਦੇ ਆ ਉਹਨਾਂ ਨੂੰ ਸਮਝ ਨਹੀਂ ਆਉਂਦੀ ਅਸੀਂ ਕਿਨੂੰ ਵੇਖੀਏ ਕਿ ਇਹਨੂੰ ਨਾ ਵੇਖੀਏ ਐਂਡ ਜਦੋਂ ਦੁਵਿਧਾ ਜੀ ਆਉਣ ਲੱਗ ਜਵੇ ਤਾਂ ਕਨਫਿਊਜ਼ਨ ਰਹਿੰਦੀ ਹੈ ਕਿ ਅਸੀਂ ਪ੍ਰੋਪਰ ਤਰੀਕੇ ਨਾਲ ਤਿਆਰੀ ਕਰ پا ਰਹੇ ਹਾਂ ਕਿ ਨਹੀਂ ਕਰ ਪਾ ਰਹੇ ਸੋ ਇਸ ਰਿਗਾਰਡਿੰਗ ਹੀ ਮੈਂ ਗੱਲ ਕਰਨ ਜਾ ਰਿਹਾ ਹਾਂ ਸੋ ਦੋਸਤੋ ਜਦੋਂ ਵੀ ਕੋਈ ਇਹੋ ਜੀ ਸਿਚੁਏਸ਼ਨ ਆਉਂਦੀ ਆ ਕੋਈ ਇਹੋ ਜਿਹਾ ਕੁਐਸਚਨ ਆਉਂਦਾ ਆ ਤੁਸੀਂ ਉਸ ਕੁਐਸਚਨ ਤੇ ਨਹੀਂ ਬੈਠੇ ਰਹਿਣਾ ਕੁਝ ਕੁਐਸਚਨ ਅਸੀਂ ਵੀ ਸੋਲਵ ਕਰਦੇ ਆ ਸਾਨੂੰ ਲੱਗਦਾ ਆ ਕਿ ਇਹਦਾ ਆਨਸਰ ਤਾਂ ਇਹ ਹੋਣਾ ਚਾਹੀਦਾ ਬਟ ਆਨਸਰ ਕੀ ਵਿੱਚ ਇਸ ਸਪੈਸੀਫਿਕ ਕੁਐਸਚਨ ਦਾ ਜਿਹੜਾ ਆਨਸਰ ਹੈਗਾ ਆ ਉਹਨਾਂ ਨੇ ਕੁਝ ਹੋਰ ਦਿੱਤਾ ਹੋਇਆ ਸੋ ਇਹੋ ਜਿਹੇ ਕੁਐਸਚਨਾਂ ਨੂੰ ਤੁਸੀਂ ਜ਼ਿਆਦਾ ਸੋਚੋਗੇ ਤਾਂ ਤੁਹਾਡਾ ਜਿਹੜਾ ਤਿਆਰੀ ਦਾ ਜਿਹੜਾ ਸਮਾਂ ਹੈਗਾ ਆ ਉਹ ਵੇਸਟ ਹੋਊਗਾ ਸੋ ਇਹੋ ਜਿਹੇ ਕਨਫਿਊਜ਼ਨ ਵਾਲੇ ਡਾਊਟ ਵਾਲੇ ਪ੍ਰਸ਼ਨਾਂ ਨੂੰ ਤੁਸੀਂ ਇਗਨੋਰ ਵੀ ਕਰ ਸਕਦੇ ਹੋ ਪੇਪਰ ਜਿਹੜਾ ਤੁਹਾਨੂੰ ਵੇਖਣ ਨੂੰ ਮਿਲੇਗਾ 150 ਨੰਬਰ ਦਾ ਤਿੰਨ ਚਾਰ ਡਾਊਟ ਵਾਲੇ ਕੁਐਸਚਨ ਹੋ ਸਕਦੇ ਆ ਚਾਰ ਪੰਜ ਹੋਣਗੇ ਹੱਦ ਮੈਂ ਸਾਰੇ ਪੇਪਰ ਦੀ ਗੱਲ ਕਰ ਰਿਹਾ ਬਟ ਉਹਦੇ ਪਿੱਛੇ ਤੁਸੀਂ ਬਾਕੀ ਦੇ ਜਿਹੜੇ ਕਨਸੈਪਟ ਹੈਗੇ ਆ ਉਹਨਾਂ ਨੂੰ ਤਾਂ ਨਹੀਂ ਛੱਡਣਾ ਮੈਨੂੰ ਲੱਗਿਆ ਇਸ ਟੌਪਿਕ ਤੇ ਵੀਡੀਓ ਬਣਾਉਣੀ ਚਾਹੀਦੀ ਆ ਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ ਯੂ so much for watching god bless you all